हाँ जी सत श्री अकाल जी, ये वीडियो देख रहे सारे ही दर्शकों नूं सक्सेस दा राज चैनल वालों नवे साल दियां बहुत बहुत मुबारक। जी नहीं, मेरी यादाश्त एकदम ठीक है। असल विच ये वीडियो उन्हां व्यूअर्स लई एक रिमाइंडर है जिन्होंने 1 जनवरी नूं अपनी लाइफ विच पॉजिटिव चेंज लियाउण लई एक न्यू ईयर्स रेजोल्यूशन सैट किया सी कि मैं नवे साल तो अपनी पढ़ाई विच पूरा ध्यान देऊंगा या फिर एक्सरसाइज करनी शुरू करूंगा या फिर बचत करने की आदत बनाऊंगा। पर कुछ दिनों बाद ही उन्होंने जोश ठंडा हो गया तो वापस अपने पुराने ट्रैक पर आ गए। रिसर्चेस तो पता लग गया है कि 50% लोग 12 जनवरी तक ही अपना न्यू ईयर्स रेजोल्यूशन तोड़ देते हैं। इवन 80% लोग 15 फरवरी आते आते अपना न्यू ईयर्स रेजोल्यूशन अनफॉलो कर देते हैं। तो वर्ल्ड के टॉप सक्सैसफुल लोगों में मोस्टली फिर इन्हों 20% ही आते हैं। इसलिए याद करो अपना न्यू ईयर्स रेजोल्यूशन। ਜਦੋਂ ਤੁਸੀਂ ਆਪਣੇ ਵਧੇ ਹੋਏ ਪੇਟ ਨੂੰ ਘਟਾਉਣ ਲਈ ਡੇਲੀ ਐਕਸਰਸਾਈਜ਼ ਕਰਨ ਦਾ ਤੇ ਜੰਕ ਫੂਡ ਨਾ ਖਾਣ ਦਾ ਡਿਸੀਜਨ ਲਿਆ ਸੀ। ਯਾਦ ਕਰੋ ਜਦੋਂ ਤੁਸੀਂ ਆਪਣੇ ਐਗਜ਼ਾਮ ਵਿੱਚ ਵਧੀਆ ਰਿਜ਼ਲਟ ਲਿਆਉਣ ਵਾਸਤੇ ਸਟੱਡੀ ਤੇ ਫੋਕਸ ਕਰਨ ਦਾ ਸੋਚਿਆ ਸੀ। ਜਦੋਂ ਤੁਸੀਂ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਸੁਧਾਰਨ ਲਈ ਫਾਲਤੂ ਦੇ ਖਰਚੇ ਛੱਡ ਕੇ ਸੇਵਿੰਗ ਕਰਨ ਦੀ ਆਦਤ ਬਣਾਉਣ ਦਾ ਸੋਚਿਆ ਸੀ ਜਾਂ ਫਿਰ ਆਪਣੇ ਕੰਮ ਤੇ ਐਕਸਟਰਾ ਟਾਈਮ ਦੇਣ ਦਾ ਸੋਚਿਆ ਸੀ। ਯਾਦ ਕਰੋ ਹਰ ਉਸੇ ਕਾਰਨ ਨੂੰ ਜਿਸ ਲਈ ਤੁਸੀਂ ਆਪਣਾ ਨਿਊ ਈਅਰਸ ਰੈਜ਼ੋਲੂਸ਼ਨ ਬਣਾਇਆ ਸੀ ਤੇ ਫਿਰ ਇੱਕ ਵਾਰ ਜੁਟ ਜਾਓ ਆਪਣੇ ਗੋਲਸ ਨੂੰ ਅਚੀਵ ਕਰਨ ਤੇ। ਤੇ ਜੇ ਤੁਸੀਂ ਉਹਨਾਂ ਵਿੱਚੋਂ ਹੋ ਜਿਨ੍ਹਾਂ ਨੇ ਨਵੇਂ ਸਾਲ ਤੇ ਕੋਈ ਗੋਲ ਸੈੱਟ ਨਹੀਂ ਕੀਤੇ ਸੀ ਤਾਂ ਫਿਰ 1 ਮਿੰਟ ਲਈ ਥੋੜਾ ਗਹਿਰਾ ਸੋਚ ਕੇ ਦੇਖੋ। ਯਾਦ ਕਰੋ ਆਪਣੇ ਸੁਪਨਿਆਂ ਨੂੰ ਕਿ ਜਿੱਦਾਂ ਦੀ ਗੱਡੀ ਤੁਸੀਂ ਖਰੀਦਣਾ ਚਾਹੁੰਦੇ ਹੋ, ਜਿਸ ਤਰ੍ਹਾਂ ਦੀ ਬੋਡੀ ਤੁਸੀਂ ਮੇਨਟੇਨ ਕਰਨਾ ਚਾਹੁੰਦੇ ਹੋ ਤੇ ਫਿਰ ਕੰਪੇਅਰ ਕਰੋ ਆਪਣੇ ਡੇਲੀ ਰੈਚੁਅਲਸ ਨਾਲ ਕਿ ਇਸ ਤਰ੍ਹਾਂ ਦਾ ਡੇਲੀ ਰੂਟੀਨ ਫੋਲੋ ਕਰਕੇ ਤੁਸੀਂ ਆਪਣੇ ਗੋਲਸ ਤੱਕ ਪਹੁੰਚ ਸਕਦੇ ਹੋ। ਜੇ ਜਵਾਬ ਵਿੱਚ ਨਾ ਮਿਲੇ ਤਾਂ ਹਜੇ ਵੀ ਕੋਈ ਦੇਰ ਨਹੀਂ ਹੋਈ। ਹਰ ਦਿਨ ਇੱਕ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਹਰ ਦਿਨ ਨਵੀਂ ਉਮੀਦ ਤੇ ਨਵੇਂ ਮੌਕੇ ਲੈ ਕੇ ਆਉਂਦਾ ਹੈ। ਅੱਜ ਤੋਂ ਹੀ ਆਪਣੇ ਗੋਲਸ ਨੂੰ ਸੈੱਟ ਕਰਕੇ ਮਿਹਨਤ ਕਰਨ ਵਿੱਚ ਜੁਟ ਜਾਓ, ਤੁਸੀਂ ਕਾਮਯਾਬ ਜ਼ਰੂਰ ਹੋਵੋਗੇ। ਇਹ ਸੀ ਅੱਜ ਦਾ ਕਵਿਕ ਮਾਰਨਿੰਗ ਲੈਸਨ। ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਪਣੇ ਨਿਊ ਈਅਰ ਤੇ ਕੀ ਗੋਲ ਸੈੱਟ ਕੀਤਾ ਸੀ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਫਰੈਂਡ ਤੇ ਫੈਮਿਲੀ ਮੈਂਬਰਸ ਵੀ ਟਿਕਟੌਕ ਤੇ ਫਨੀ ਵੀਡੀਓਜ਼ ਦੇਖਣ ਦੇ ਇਲਾਵਾ ਤੁਹਾਡੇ ਤਰ੍ਹਾਂ ਕੋਈ ਚੰਗੀਆਂ ਚੀਜ਼ਾਂ ਦੇਖਣੀਆਂ ਸ਼ੁਰੂ ਕਰਨ। ਆਪਣੀ ਹਰ ਸਵੇਰ ਦੀ ਸ਼ੁਰੂਆਤ ਇਸ ਤਰ੍ਹਾਂ ਦੇ ਇੱਕ ਸ਼ਾਨਦਾਰ ਵਿਚਾਰ ਨਾਲ ਕਰਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਕਿਉਂਕਿ ਹਰ ਸਕਸੈਸ ਦੀ ਸ਼ੁਰੂਆਤ ਬਸ ਇੱਕ ਵਿਚਾਰ ਨਾਲ ਹੀ ਹੁੰਦੀ ਹੈ ਤੇ ਕੀ ਪਤਾ ਕਿਹੜਾ ਵੀਡੀਓ ਤੁਹਾਡੀ ਪੂਰੀ ਲਾਈਫ ਚੇਂਜ ਕਰ ਦੇਵੇ। ਆਪਣੀ ਇਸ ਮਿਲੀਅਨ ਡਾਲਰ ਮਾਰਨਿੰਗ ਦਾ ਕੁਝ ਸਮਾਂ ਸਾਡੇ ਨਾਲ ਬਿਤਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁੱਡ ਬਾਏ ਐਂਡ ਹੈਵ ਏ ਪ੍ਰੋਡਕਟ।